ਸਮਾਂ ਅੱਜ ਤੋਂ ਕਰੀਬ 200 ਸਾਲ ਪਹਿਲਾਂ ਦਾ ਹੈ, ਜਦੋਂ ਲੋਕ ਖੂਹਾਂ, ਛੱਪੜਾਂ, ਟੋਭਿਆਂ ਅਤੇ ਨਦੀਆਂ ਦਾ ਪਾਣੀ ਪੀਂਦੇ ਸਨ ਅਤੇ ਟਿੰਡਾਂ ਵਾਲੇ ਖੂਹ ਟਾਵੇਂ ਟਾਵੇਂ ਹੁੰਦੇ ਸਨ। ਇਹਨਾਂ ਖੂਹਾਂ ਨੂੰ ਬਣਾਉਣ ਲਈ ਬਹੁਤ ਲੰਮਾ ਸਮਾਂ ਲੱਗਦਾ ਸੀ, ਪਰ ਜੇ ਕਿਸੇ ਖੂਹ ਦਾ ਪਾਣੀ ਖਾਰਾ ਨਿਕਲ ਆਵੇ ਤਾਂ ਇਸ ਨੂੰ ਇੱਕ ਸ਼ਰਾਬ ਤੋਂ ਘੱਟ ਨਹੀਂ ਸੀ ਸਮਝਿਆ ਜਾਂਦਾ। ਇਹਨਾਂ ਵਿੱਚੋਂ ਇੱਕ ਖਾਰਾ ਖੂਹ ਸੀ ਪਿੰਡ ਚੀਮਾਂਬਾੜ ਦਾ, ਜਿਸ ਦਾ ਪਾਣੀ ਖਾਰਾ ਹੋਣ ਕਰਕੇ ਬਸ ਨਿਰਾਸ਼ਾ ਹੀ ਨਿਰਾਸ਼ਾ ਸੀ। ਬਹੁਤ ਅਰਦਾਸਾਂ ਕੀਤੀਆਂ ਪਰ ਪਾਣੀ ਦਾ ਪੱਤਣ ਖਾਰਾ ਹੀ ਸੀ। ਕਹਿੰਦੇ ਹਨ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਲਾਨਾ ਜੋੜ ਮੇਲੇ 'ਤੇ ਗੋਇੰਦਵਾਲ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਪਿੰਡ ਚੀਮਾਂਬਾੜ ਦੇ ਵਿੱਚੋਂ ਦੀ ਹੋ ਕੇ ਲੰਘਦੀਆਂ ਸਨ। ਇੱਕ ਵਾਰ ਪਿੰਡ ਵਾਸੀਆਂ ਨੇ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਛਬੀਲ ਲਗਾਉਣ ਦਾ ਮਨ ਬਣਾਇਆ ਅਤੇ ਜਿਸ ਤਰ੍ਹਾਂ ਹੀ ਸੰਗਤਾਂ ਨੇ ਠੰਡਾ ਮਿੱਠਾ ਜਲ ਛਕਿਆ ਤਾਂ ਖਾਰੇ ਖੂਹ ਦਾ ਪਾਣੀ ਮਿੱਠਾ ਹੋ ਗਿਆ। ਪਿੰਡ ਵਾਸੀਆਂ ਦੀ ਅਰਦਾਸ ਗੁਰੂ ਘਰ ਵਿੱਚ ਕਬੂਲ ਹੋ ਗਈ। ਉਸ ਵਕਤ ਤੋਂ ਹੀ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਲੰਗਰ ਪ੍ਰਥਾ ਚੱਲਦੀ ਆ ਰਹੀ ਹੈ। ਜਿਸ ਜਗ੍ਹਾ 'ਤੇ ਖਾਰਾ ਖੂਹ ਸੀ ਉਸ ਸਥਾਨ 'ਤੇ ਗੁਰਦੁਆਰਾ ਖਾਰਾ ਖੂਹ ਸਾਹਿਬ ਸਥਾਪਿਤ ਹੈ ਅਤੇ 200 ਸਾਲ ਪੁਰਾਣਾ ਪਿੱਪਲ ਅੱਜ ਵੀ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੋ ਨਗਰ ਚੀਮੇਬਾਠਾਂ ਦੇ ਵਿੱਚ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਯਾਦਾਂ ਵਿੱਚ ਪਵਿੱਤਰ ਸਥਾਨ ਬਣਾਏ ਗਏ ਆ, ਜਿਨ੍ਹਾਂ ਦਾ ਨਾਮ ਕਿ ਗੁਰਦੁਆਰਾ ਖਾਰਾ ਖੂਹ ਸਾਹਿਬ। ਇੱਥੇ ਬਹੁਤ ਪੁਰਾਣਾ ਇੱਕ ਖੂਹ ਹੁੰਦਾ ਸੀ ਜੀ, ਜਿਹਦਾ ਕਿ ਪਾਣੀ ਖਾਰਾ ਹੁੰਦਾ ਸੀ। ਉਹ ਜਦੋਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਲੰਗਰ ਲਾਉਣ ਦੀ, ਜਿਹੜੀਆਂ ਸੰਗਤਾਂ ਇੱਥੋਂ ਸੂਏ ਦੀ ਡੰਡੀ ਡੰਡੀ ਜਾਂਦੀਆਂ ਹੁੰਦੀਆਂ ਸੀ ਗੋਇੰਦਵਾਲ ਸਾਹਿਬ 'ਤੇ ਬੇਨਤੀ ਕੀਤੀ, ਅਤੇ ਖੂਹ ਦਾ ਪਾਣੀ ਵੀ ਜਿਹੜਾ ਸੀ ਉਹ ਮਿੱਠਾ ਹੋ ਗਿਆ। ਉਦੋਂ ਤੋਂ ਮਤਲਬ ਸਾਡੇ ਇੱਥੇ ਮਾਸਟਰ ਗੁਰਨਾਮ ਸਿੰਘ ਜੀ, ਉਹਨਾਂ ਨਾਲ ਇੱਕ ਦਿਨ ਮੇਰਾ ਵਿਚਾਰ ਹੋਇਆ, ਕਹਿੰਦੇ ਕਿ 200 ਸਾਲ ਜਿਹੜਾ ਇਹ ਪੁਰਾਣਾ ਵਾ ਇੱਥੇ ਜਿਹੜਾ ਲੰਗਰ ਵੀ ਚੱਲ ਰਿਹਾ 200 ਸਾਲ ਤੋਂ, ਬਹੁਤ ਬਜ਼ੁਰਗ ਆ ਉਹ ਦੱਸ ਰਹੇ ਸੀ। ਅਤੇ ਹੁਣ ਇੱਥੇ ਸਾਲ ਬਾਅਦ ਲੰਗਰ ਵੀ ਲਗਾਇਆ ਜਾਂਦਾ ਅਤੇ ਹਰ ਮਹੀਨੇ ਗੁਰਮਤਿ ਸਮਾਗਮ ਵੀ ਹੁੰਦੇ ਆ, ਗੁਰਮਤਿ ਸੰਗੀਤ ਹੁੰਦਾ ਵਾ। ਇੱਥੇ ਜੋ ਵਿਦਿਆਲਾ ਵੀ ਚੱਲ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਕੀਰਤਨ ਗੁਰਬਾਣੀ ਸਾਰਾ ਇੱਥੇ ਮਤਲਬ ਸੰਥਿਆ ਦਿੱਤੀ ਜਾਂਦੀ ਆ। ਇੱਥੋਂ ਜਥੇ ਜਿਹੜੇ ਆ ਕੀਰਤਨ ਵਾਲੇ ਅਤੇ ਕਵੀਸ਼ਰੀ ਢਾਡੀ, ਬਹੁਤ ਇੱਥੇ ਜਥੇ ਜਿਹੜੇ ਆ ਬੱਚੇ, ਛੋਟੇ ਛੋਟੇ ਬੱਚੇ ਤਿਆਰ ਹੋਏ ਆ ਅਤੇ 65-70 ਬੱਚੇ ਜਿਹੜੇ ਆ ਗੁਰੂ ਵਾਲੇ ਬਣੇ ਆ ਇਹਨਾਂ ਸਮਾਗਮਾਂ ਰਾਹੀਂ। ਇਸ ਕਰਕੇ ਜੋ ਬੱਚਿਆਂ ਦੇ ਮਾਤਾ ਪਿਤਾ ਸੀ ਉਹ ਵੀ ਬਹੁਤ ਕਈਆਂ ਦੇ ਨਸ਼ੇ ਕਰਦੇ ਸੀ, ਬੱਚਿਆਂ ਨੂੰ ਵੇਖ ਕੇ ਸਾਰੇ ਪਰਿਵਾਰ ਜਿਹੜੇ 70 ਪਰਿਵਾਰ ਗੁਰੂ ਦੇ ਜਹਾਜ਼ੇ ਚੜ੍ਹੇ ਆ। ਬਸ ਇਹੋ ਬੇਨਤੀਆਂ ਜੀ, ਇੱਥੇ ਜੋ ਗੁਰਮਤਿ ਵਿਦਿਆਲਾ ਚੱਲ ਰਿਹਾ ਹੈ ਉਹ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਹੁਤ ਇੱਥੇ ਸੰਗਤ ਦੇ ਸੰਯੋਗ ਦੇ ਨਾਲ, ਨਗਰ ਚੀਮੇਬਾੜ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਸਾਰੇ ਕਾਰਜ ਚੱਲ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਰੰਪਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ 'ਤੇ ਮਨਾਉਣ ਦੀ, ਲੰਗਰ ਦੀ ਸੇਵਾ ਰਲ ਮਿਲ ਕੇ ਸਾਰੀ ਸਾਧ ਸੰਗਤ ਨਗਰ ਚੀਮਾਂਬਾਠ ਅਤੇ ਇਲਾਕੇ ਦੀਆਂ ਸੰਗਤਾਂ ਇੱਥੇ ਕਰਦੀਆਂ, ਇਹ ਜਗ੍ਹਾ ਦਾ ਨਾਂ ਖਾਰਾ ਖੂਹ ਕਰਕੇ ਵੱਜਦਾ ਪਿੰਡ ਚੀਮਾਂਬਾਠ ਦੇ ਵਿੱਚ। ਇੱਥੇ ਬਹੁਤ ਤਗੜਾ ਇੱਕ ਪੁਰਾਣਾ ਦਰਖਤ ਆ ਪਿੱਪਲ ਦਾ, ਜੋ ਕਿ ਅੱਜ ਤੋਂ 2-2.5 ਸਾਲ ਪਹਿਲਾਂ ਦਾ ਇਹ ਪਿੱਪਲ ਆ। ਸਾਡੇ ਬਾਪੂ ਜੀ ਹੁਣੀ ਦੱਸ ਦਿੰਦੇ, ਸਾਡੇ ਬਾਬਾ ਜੀ ਵੱਡੇ, ਉਦੋਂ ਤੋਂ ਲਾ ਕੇ ਅੱਜ ਤੱਕ ਇਹ ਪਰੰਪਰਾ ਜਿਹੜੀ ਗੁਰੂ ਦੇ ਲੰਗਰ ਦੀ ਚੱਲਦੀ ਆ। ਪਹਿਲਾਂ ਇਸ ਨਗਰ ਤਾਣੀ ਸਿੱਧੀ ਡੰਡੀ ਜਾਂਦੀ ਹੁੰਦੀ ਸੀ ਗੋਇੰਦਵਾਲ ਸਾਹਿਬ ਨੂੰ, ਇਸ ਕਰਕੇ ਉਦੋਂ ਵੱਡ ਵਡੇਰਿਆਂ ਨੇ ਲੰਗਰ ਚਲਾਇਆ। ਹੁਣ ਅੱਜ ਕੱਲ੍ਹ ਰੋਡ ਬਣਨੇ ਕਰਕੇ ਡੰਡੀਆਂ ਬੰਦ ਹੋ ਗਈਆਂ, ਹੁਣ ਇੱਥੇ ਵੀ ਲੰਗਰ ਉਸੇ ਹੀ ਤਰੀਕੇ ਨਾਲ ਪੁਰਾਣੀ ਪਰੰਪਰਾ ਨਾਲ ਚੱਲਦਾ।
ਜੀਟੀ ਰੋਡ ਬਾਬਾ ਬਕਾਲਾ ਸਾਹਿਬ ਮੋੜ 'ਤੇ ਵੀ ਲੰਗਰੇ ਮਹਾਰਾਜ ਦਾ ਚੱਲਦਾ, ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਾਧ ਸੰਗਤ ਰਲ ਮਿਲ ਕੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਮਨਾਉਂਦੇ ਆ ਅਤੇ ਵੱਧ ਚੜ੍ਹ ਕੇ ਲੰਗਰ ਦੀ ਸੇਵਾ ਕਰਦੇ ਆ। ਸਾਰੀ ਸਾਧ ਸੰਗਤ ਬੜੇ ਪਿਆਰ ਦੇ ਨਾਲ ਆਈ ਸੰਗਤ ਦੀ ਸੇਵਾ ਕਰਦੇ ਆ। ਇਹ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਦੇ ਨਾਲ ਹਰ ਸਾਲ ਚੜ੍ਹਦੀ ਕਲਾ ਦੇ ਨਾਲ ਇਹ ਦਿਨ ਮਨਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ ਸੱਚੇ ਪਾਤਸ਼ਾਹ। ਧੰਨ ਧੰਨ ਗੁਰੂ ਅਮਰਦਾਸ ਜੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਨਗਰ ਚੀਮੇ ਬਾਠਾਂ ਵੱਲੋਂ ਅਤੇ ਮੋੜ ਵੱਲੋਂ ਰਲ ਮਿਲ ਕੇ ਸੰਗਤਾਂ ਦੇ ਨਾਲ ਲਗਾਇਆ ਜਾਂਦਾ। ਸੇਵਾਦਾਰ ਮੋੜ ਵਾਲੇ ਵੀ ਬਹੁਤ ਆਉਂਦੇ ਆ ਅਤੇ ਨਗਰ ਚੀਮਾ ਬਾਠਾਂ ਦੇ ਵੀ ਬੜੇ ਆਉਂਦੇ, ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ। ਇਹ ਤੁਸੀਂ ਸਾਰਾ ਕੁਛ ਆਪ ਵੇਖ ਰਹੇ ਹੋ ਪਿੱਛੇ, ਅਤੇ ਕੋਸ਼ਿਸ਼ ਕਰਾਂਗੇ ਕਿਰਪਾ ਕਰੇ ਮਹਾਰਾਜ ਕਿਰਪਾ ਕਰੇ ਅੱਗੇ ਤੋਂ ਇਹ ਤੋਂ ਵੱਧ ਚੜ੍ਹ ਕੇ ਲੰਗਰ ਦੀ ਸੇਵਾ ਜਿਹੜੀ ਆ ਉਹ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।